ਡੇਰਾ ਬਾਬਾ ਨਾਨਕ 'ਚੋਂ ਇੱਕ ਵਾਰ ਫਿਰ ਮਿਲਿਆ ਡਰੋਨ। BSF ਅਤੇ SHO ਡੇਰਾ ਬਾਬਾ ਨਾਨਕ ਪਹੁੰਚੇ ਮੌਕੇ 'ਤੇ। ਬੀਤੀ ਦੇਰ ਰਾਤ ਡੇਰਾ ਬਾਬਾ ਨਾਨਕ ਨਾਲ ਲੱਗਦੇ ਪਿੰਡ ਮਹਾਲ ਨੰਗਲ ਦੇ ਸਾਹਮਣੇ ਗੁਰਦੁਆਰਾ ਬਾਬਾ ਸ਼੍ਰੀ ਚੰਦ ਪਾਠ ਸਾਹਿਬ ਵੱਲੋਂ ਖਰੀਦੀ ਗਈ ਜ਼ਮੀਨ ਵਿੱਚੋਂ ਡਰੋਨ ਬਰਾਮਦ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਜ਼ਮੀਨ ਨੂੰ ਬਲਦੇਵ ਸਿੰਘ, ਸਾਬਕਾ ਸਰਪੰਚ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਤਪਾਲਾ ਅਤੇ ਲਖਬੀਰ ਸਿੰਘ ਆੜਤੀ ਪੁੱਤਰ ਸਵਰਨ ਸਿੰਘ ਪਿੰਡ ਸਮਰਾਏ ਦੇ ਰਹਿਣ ਵਾਲੇ ਹਨ। ਉਹਨਾਂ ਵੱਲੋਂ ਇਸ ਜ਼ਮੀਨ ਨੂੰ ਠੇਕੇ 'ਤੇ ਲੈ ਕੇ ਕਣਕ ਦੀ ਖੇਤੀ ਕੀਤੀ ਹੋਈ ਹੈ ਅਤੇ ਬੀਤੇ ਕੱਲ੍ਹ ਖੇਤ ਮਜ਼ਦੂਰ ਜਦੋਂ ਖੇਤਾਂ ਵਿੱਚ ਕਣਕ ਨੂੰ ਸਪਰੇਅ ਕਰ ਰਹੇ ਸਨ ਤਾਂ ਇਸ ਦੌਰਾਨ ਉਹਨਾਂ ਨੂੰ ਇਸ ਖੇਤ ਵਿੱਚ ਇੱਕ ਛੱਕੀ ਚੀਜ਼ ਦਿਖਾਈ ਦਿੱਤੀ, ਜਿੱਥੇ ਮਜ਼ਦੂਰਾਂ ਵੱਲੋਂ ਇਸ ਸੰਬੰਧੀ ਠੇਕੇਦਾਰਾਂ ਨੂੰ ਦੱਸਿਆ ਗਿਆ। ਠੇਕੇਦਾਰਾਂ ਨੇ ਤੁਰੰਤ ਫੋਨ ਰਾਹੀਂ ਥਾਣਾ ਡੇਰਾ ਬਾਬਾ ਨਾਨਕ ਪੁਲਿਸ ਨੂੰ ਇਤਲਾਹ ਦਿੱਤੀ। ਉਸ ਉਪਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਤੇ BSF 113 ਬਟਾਲੀਅਨ ਦੇ ਜਵਾਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਡਰੋਨ ਨੂੰ ਕਬਜ਼ੇ ਵਿੱਚ ਲਿਆ ਹੈ। ਥਾਣਾ ਡੇਰਾ ਬਾਬਾ ਨਾਨਕ ਦੇ SHO ਸਤਪਾਲ ਸਿੰਘ ਨੇ ਗੱਲਬਾਤ ਕਰਦੇ ਹਨ ਦੱਸਿਆ ਕਿ ਪੰਜਾਬ ਪੁਲਿਸ ਅਤੇ BSF ਨੇ ਸਾਂਝੀ ਆਪਰੇਸ਼ਨ ਦੌਰਾਨ ਖੇਤਾਂ ਵਿੱਚੋਂ ਡਰੋਨ ਪ੍ਰਾਪਤ ਕੀਤਾ ਹੈ ਅਤੇ ਉਸ ਨੂੰ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਰੋਨ ਜਿਹੜਾ ਮਿਲਿਆ ਵਾ ਤਰਾਹ ਦੇ ਉੱਤੇ, ਉਸ ਬਾਰੇ ਸਰ ਇੱਦਾਂ ਸੀ, ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਨਾ ਬਾਠ ਸਾਹਿਬ ਬਾਬਾ ਸ਼੍ਰੀ ਚੰਦ ਜੀ ਦੀ ਜਿਹੜੇ ਆਪਣੇ ਪਠਾਨਕੋਟ ਵਿੱਚ ਉਹਨਾਂ ਦਾ ਗੁਰਦੁਆਰਾ ਸਾਹਿਬ, ਉਹਨਾਂ ਨੇ ਇੱਥੇ ਜ਼ਮੀਨ ਖਰੀਦੀ 50 acres ਅਤੇ ਗਾਂ ਉਹਨਾਂ ਨੇ ਠੇਕੇ ਦਿੱਤੀ ਹੋਈ ਸੀ ਅਤੇ ਅੱਜ ਉਹ ਜਿਹੜੇ ਜ਼ਮੀਨ ਵਾਲੇ ਨੇ ਉਹਨਾਂ ਨੇ ਲੇਬਰ ਲਾ ਕੇ ਸਪਰੇਅ ਕਰਵਾਉਣ ਡੇ ਸੀ। ਉਹਨਾਂ ਨੂੰ ਅਚਾਨਕ ਇੱਕ ਚੀਜ਼ ਸੀ ਜਿਹੜੀ ਜਿੱਦਾਂ ਔਰ ਕੋਈ ਛੱਕੀ ਚੀਜ਼ ਹੋ ਸਕਦੀ, ਉਹ ਸਾਨੂੰ ਇਨਫੋਰਮੇਸ਼ਨ ਦਿੱਤੀ। ਅਸੀਂ ਆਏ ਮੌਕੇ 'ਤੇ, ਇਹ ਡਰੋਨ ਆ ਕੋਈ 2-3 ਦਿਨ ਪਹਿਲਾਂ ਦਾ ਟਿੱਕਿਆ ਹੋਇਆ, ਪਾਣੀ ਲੱਗਾ ਸੜਕ ਨੂੰ ਅਤੇ BSF ਵਾਲੇ ਵੀ ਆ ਰਹੇ ਆ ਅਤੇ ਉੱਥੇ ਸਾਰੀ ਮੁਕਦਮਾ ਦਾ ਚਾਹ। ਕੁਛ ਹੋਰ ਵੀ ਚੀਜ਼ ਮਿਲੀ ਹੈ ਸਰ ਡਰੋਨ ਦੇ ਨਾਲ? ਇਸ ਤੋਂ ਇਲਾਵਾ ਹੋਰ ਚੀਜ਼ ਫਿਲਹਾਲ ਜਾਰੀ ਆ। ਅਤੇ ਕਿਹੜੇ ਪਿੰਡ ਦੀ ਹੈ ਸਰ ਜ਼ਮੀਨ? ਜ਼ਮੀਨ ਡੇ ਵੈਰੀਫਿਕੇਸ਼ਨ ਕਰਦੇ ਹਾਂ, ਪਤਾ ਲੱਗ ਜਾਂਦਾ ਹੈਗਾ।